ਆ ਵੇਖੋ ਕਿਵੇਂ ਚੋਰ ਘਰ ਦੇ ਵਿੱਚ ਵੜ ਕੇ ਹੀ ਸਕੂਟੀ ਨੂੰ ਚੋਰੀ ਕਰ ਲੈਂਦਾ ਤਾਂ ਕਈ ਸਮੇਂ ਤੱਕ ਪਰਿਵਾਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਤੇ ਜਦੋਂ ਜਾ ਕੇ ਵੇਖਦੇ ਨੇ ਤਾਂ ਉੱਥੋਂ ਸਕੂਟੀ ਗਾਇਬ ਹੋ ਚੁੱਕੀ ਹੁੰਦੀ ਹੈ ਤਾਂ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੂੰਹ ਤੇ ਪਰਨਾ ਲਪੇਟਿਆ ਇਹ ਚੋਰ ਗਲੀ ਦੇ ਵਿੱਚ ਕਈ ਸਮੇਂ ਤੱਕ ਗੇੜੇ ਕੱਢਦਾ ਰਹਿੰਦਾ ਹੈ ਤੇ ਇੱਕ ਸਕੂਟੀ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਤੇ ਸਮਾਂ ਵੇਖਦੇ ਹੀ ਉਸ ਘਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਸਕੂਟੀ ਨੂੰ ਹੌਲੀ ਹੌਲੀ ਘਰ ਤੋਂ ਬਾਹਰ ਲੈ ਆਉਂਦਾ ਹੈ ਜਿਸ ਤੋਂ ਬਾਅਦ ਇਹ ਮੌਕਾ ਵੇਖ ਕੇ ਸਕੂਟੀ ਨੂੰ ਸਟਾਰਟ ਕਰਦਾ ਹੈ ਤੇ ਫਰਾਰ ਹੋ ਜਾਂਦਾ ਹੈ ਤਾਂ ਇਹ ਕਈ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਚੋਰ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤਾਂ ਇਸ ਨੂੰ ਲੱਭਣ ਦੇ ਵਿੱਚ ਪੁਲਿਸ ਦੀ ਮਦਦ ਕਰੋ ਕਿਉਂਕਿ ਪੁਲਿਸ ਹੁਣ ਇਸ ਚੋਰ ਨੂੰ ਥਾਂ ਥਾਂ 'ਤੇ ਲੱਭ ਰਹੀ ਹੈ ਤਾਂ ਚੋਰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਂ ਇੱਕ ਹੋਰ ਵੱਡੀ ਵਾਰਦਾਤ ਇਸ ਚੋਰ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਪਹਿਲਾਂ ਘਰ ਦੇ ਅੰਦਰ ਦਾਖਲ ਹੋਇਆ ਅਤੇ ਇੱਕ ਸਕੂਟੀ ਨੂੰ ਉੱਥੋਂ ਬਾਹਰ ਕੱਢ ਲਿਆਉਂਦਾ ਜਿਸ ਤੋਂ ਬਾਅਦ ਇਹ ਉਸਨੂੰ ਸਟਾਰਟ ਕਰਕੇ ਫਰਾਰ ਹੋ ਜਾਂਦਾ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਚੋਰ ਕੈਦ ਵੀ ਹੋਇਆ ਮੂੰਹ ਤੇ ਪਰਨਾ ਲਪੇਟੀ ਜਾ ਰਿਹਾ ਤਾਂ ਇਸ ਚੋਰ ਨੂੰ ਲੱਭਣ ਦੇ ਵਿੱਚ ਤੁਸੀਂ ਪੁਲਿਸ ਦੀ ਮਦਦ ਕਰ ਸਕਦੇ ਹੋ ਤਾਂ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਸ ਚੋਰ ਦੀ ਭਾਲ ਕਰ ਰਹੀ ਹੈ ਆ ਵੇਖੋ ਕਿਵੇਂ ਚੋਰ ਘਰ ਦੇ ਵਿੱਚ ਵੜ ਕੇ ਹੀ ਸਕੂਟੀ ਨੂੰ ਚੋਰੀ ਕਰ ਲੈਂਦਾ ਤਾਂ ਕਈ ਸਮੇਂ ਤੱਕ ਪਰਿਵਾਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਤੇ ਜਦੋਂ ਜਾ ਕੇ ਵੇਖਦੇ ਨੇ ਤਾਂ ਉੱਥੋਂ ਸਕੂਟੀ ਗਾਇਬ ਹੋ ਚੁੱਕੀ ਹੁੰਦੀ ਹੈ ਤਾਂ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੂੰਹ ਤੇ ਪਰਨਾ ਲਪੇਟਿਆ ਇਹ ਚੋਰ ਗਲੀ ਦੇ ਵਿੱਚ ਕਈ ਸਮੇਂ ਤੱਕ ਗੇੜੇ ਕੱਢਦਾ ਰਹਿੰਦਾ ਹੈ ਤੇ ਇੱਕ ਸਕੂਟੀ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਤੇ ਸਮਾਂ ਵੇਖਦੇ ਹੀ ਉਸ ਘਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਸਕੂਟੀ ਨੂੰ ਹੌਲੀ ਹੌਲੀ ਘਰ ਤੋਂ ਬਾਹਰ ਲੈ ਆਉਂਦਾ ਹੈ ਜਿਸ ਤੋਂ ਬਾਅਦ ਇਹ ਮੌਕਾ ਵੇਖ ਕੇ ਸਕੂਟੀ ਨੂੰ ਸਟਾਰਟ ਕਰਦਾ ਹੈ ਤੇ ਫਰਾਰ ਹੋ ਜਾਂਦਾ ਹੈ ਤਾਂ ਇਹ ਕਈ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਚੋਰ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤਾਂ ਇਸ ਨੂੰ ਲੱਭਣ ਦੇ ਵਿੱਚ ਪੁਲਿਸ ਦੀ ਮਦਦ ਕਰੋ ਕਿਉਂਕਿ ਪੁਲਿਸ ਹੁਣ ਇਸ ਚੋਰ ਨੂੰ ਥਾਂ ਥਾਂ 'ਤੇ ਲੱਭ ਰਹੀ ਹੈ ਤਾਂ ਚੋਰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਂ ਇੱਕ ਹੋਰ ਵੱਡੀ ਵਾਰਦਾਤ ਇਸ ਚੋਰ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਪਹਿਲਾਂ ਘਰ ਦੇ ਅੰਦਰ ਦਾਖਲ ਹੋਇਆ ਅਤੇ ਇੱਕ ਸਕੂਟੀ ਨੂੰ ਉੱਥੋਂ ਬਾਹਰ ਕੱਢ ਲਿਆਉਂਦਾ ਹੈ ਜਿਸ ਤੋਂ ਬਾਅਦ ਇਹ ਉਸਨੂੰ ਸਟਾਰਟ ਕਰਕੇ ਫਰਾਰ ਹੋ ਜਾਂਦਾ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਚੋਰ ਕੈਦ ਵੀ ਹੋਇਆ ਮੂੰਹ ਤੇ ਪਰਨਾ ਲਪੇਟੀ ਜਾ ਰਿਹਾ ਤਾਂ ਇਸ ਚੋਰ ਨੂੰ ਲੱਭਣ ਦੇ ਵਿੱਚ ਤੁਸੀਂ ਪੁਲਿਸ ਦੀ ਮਦਦ ਕਰ ਸਕਦੇ ਹੋ ਤਾਂ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਸ ਚੋਰ ਦੀ ਭਾਲ ਕਰ ਰਹੀ ਹੈ ਆ ਵੇਖੋ ਕਿਵੇਂ ਚੋਰ ਘਰ ਦੇ ਵਿੱਚ ਵੜ ਕੇ ਹੀ ਸਕੂਟੀ ਨੂੰ ਚੋਰੀ ਕਰ ਲੈਂਦਾ ਤਾਂ ਕਈ ਸਮੇਂ ਤੱਕ ਪਰਿਵਾਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਤੇ ਜਦੋਂ ਜਾ ਕੇ ਵੇਖਦੇ ਨੇ ਤਾਂ ਉੱਥੋਂ ਸਕੂਟੀ ਗਾਇਬ ਹੋ ਚੁੱਕੀ ਹੁੰਦੀ ਹੈ ਤਾਂ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੂੰਹ ਤੇ ਪਰਨਾ ਲਪੇਟਿਆ ਇਹ ਚੋਰ ਗਲੀ ਦੇ ਵਿੱਚ ਕਈ ਸਮੇਂ ਤੱਕ ਗੇੜੇ ਕੱਢਦਾ ਰਹਿੰਦਾ ਹੈ ਤੇ ਇੱਕ ਸਕੂਟੀ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਤੇ ਸਮਾਂ ਵੇਖਦੇ ਹੀ ਉਸ ਘਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਸਕੂਟੀ ਨੂੰ ਹੌਲੀ ਹੌਲੀ ਘਰ ਤੋਂ ਬਾਹਰ ਲੈ ਆਉਂਦਾ ਹੈ ਜਿਸ ਤੋਂ ਬਾਅਦ ਇਹ ਮੌਕਾ ਵੇਖ ਕੇ ਸਕੂਟੀ ਨੂੰ ਸਟਾਰਟ ਕਰਦਾ ਹੈ ਤੇ ਫਰਾਰ ਹੋ ਜਾਂਦਾ ਹੈ ਤਾਂ ਇਹ ਕਈ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਚੋਰ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤਾਂ ਇਸ ਨੂੰ ਲੱਭਣ ਦੇ ਵਿੱਚ ਪੁਲਿਸ ਦੀ ਮਦਦ ਕਰੋ ਕਿਉਂਕਿ ਪੁਲਿਸ ਹੁਣ ਇਸ ਚੋਰ ਨੂੰ ਥਾਂ ਥਾਂ 'ਤੇ ਲੱਭ ਰਹੀ ਹੈ ਤਾਂ ਚੋਰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਤਾਂ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤਾਂ ਇੱਕ ਹੋਰ ਵੱਡੀ ਵਾਰਦਾਤ ਇਸ ਚੋਰ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਪਹਿਲਾਂ ਘਰ ਦੇ ਅੰਦਰ ਦਾਖਲ ਹੋਇਆ ਅਤੇ ਇੱਕ ਸਕੂਟੀ ਨੂੰ ਉੱਥੋਂ ਬਾਹਰ ਕੱਢ ਲਿਆਉਂਦਾ
ਜਿਸ ਤੋਂ ਬਾਅਦ ਇਹ ਉਸ ਨੂੰ ਸਟਾਰਟ ਕਰਕੇ ਫਰਾਰ ਹੋ ਜਾਂਦਾ। ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਚੋਰ ਕੈਦ ਵੀ ਹੋਇਆ, ਮੂੰਹ ਤੇ ਪਰਨਾ ਲਪੇਟੀ ਜਾ ਰਿਹਾ। ਤਾਂ ਇਸ ਚੋਰ ਨੂੰ ਲੱਭਣ ਦੇ ਵਿੱਚ ਤੁਸੀਂ ਪੁਲਿਸ ਦੀ ਮਦਦ ਕਰ ਸਕਦੇ ਹੋ। ਤਾਂ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਸ ਚੋਰ ਦੀ ਭਾਲ ਕਰ ਰਹੀ ਹੈ।